ਵਿਦਿਆਰਥੀਓ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ 9ਵੀਂ ਦੇ ਦੂਸਰੇ ਪਾਠ ਕੀ ਸਾਰੇ ਪਦਾਰਥ ਸ਼ੁੱਧ ਹਨ ਉਸ ਵਿੱਚ ਸ਼ੁੱਧ ਪਦਾਰਥਾਂ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ ਕਿਸਮਾਂ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸ਼ੁੱਧ ਪਦਾਰਥ ਕਿਹੜੇ ਹੁੰਦੇ ਹਨ ਉਹ ਪਦਾਰਥ ਜਿਹੜੇ ਸਿਰਫ ਇੱਕ ਤੱਤ ਤੋਂ ਇੱਕ ਸਾਰ ਮਿਲ ਕੇ ਬਣੇ ਹੁੰਦੇ ਹਨ ਸ਼ੁੱਧ ਪਦਾਰਥ ਦੋ ਤਰ੍ਹਾਂ ਦੇ ਹੁੰਦੇ ਹਨ ਪਹਿਲਾ ਹੈ ਤੱਤ ਦੂਸਰਾ ਯੋਗਿਕ ਸਭ ਤੋਂ ਪਹਿਲਾਂ ਆਪਾਂ ਤੱਤ ਬਾਰੇ ਗੱਲ ਕਰਦੇ ਹਾਂ ਤੱਤ ਕਿਸ ਨੂੰ ਕਹਿੰਦੇ ਹਨ ਤੱਤ ਪਦਾਰਥ ਦਾ ਉਹ ਮੂਲ ਰੂਪ ਹੈ ਜਿਸ ਨੂੰ ਰਸਾਇਣਿਕ ਕਿਰਿਆ ਨਾਲ ਹੋਰ ਪਦਾਰਥਾਂ ਵਿੱਚ ਵੰਡਿਆ ਨਹੀਂ ਜਾ ਸਕਦਾ ਤੱਤਾਂ ਨੂੰ ਆਮ ਤੌਰ ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਨੰਬਰ 1 ਤਾਤਾਂ ਤਾਤਾਂ ਆਮ ਤੌਰ ਤੇ ਠੋਸ ਹੁੰਦੀਆਂ ਹਨ ਇਹਨਾਂ ਦੀ ਚਮਕ ਹੁੰਦੀ ਹੈ ਇਹ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹਨ ਜਿਵੇਂ ਸੋਨਾ ਚਾਂਦੀ ਤਾਂਬਾ ਨੰਬਰ 2 ਅਤਾਤਾਂ ਅਤਾਤਾਂ ਕਿਸੇ ਵੀ ਅਵਸਥਾ ਠੋਸ, ਦਰਬ, ਗੈਸ ਹੋ ਸਕਦੀਆਂ ਹਨ ਇਤਾਬ ਅਤੇ ਬਿਜਲੀ ਦੀਆਂ ਕੁਚਾਲਕ ਹਨ ਜਿਵੇਂ ਆਕਸੀਜਨ ਬ੍ਰੋਮੀਨ ਕਲੋਰੀਨ ਉਪਤਾਤਾ ਕੁਝ ਤਤ ਤਾਤਾ ਅਤੇ ਅਤਾਤਾ ਦੋਨਾਂ ਵਿਚਲੇ ਗੁਣਾਂ ਨੂੰ ਦਰਸਾਉਂਦੇ ਹਨ ਉਹਨਾਂ ਨੂੰ ਉਪਤਾਤਾ ਕਹਿੰਦੇ ਹਨ ਜਿਵੇਂ ਸਿਲੀਕਾਨ ਜਰਮੇਨੀਅਮ ਸ਼ੁੱਧ ਪਦਾਰਥ ਦਾ ਦੂਸਰਾ ਰੂਪ ਹੈ ਯੋਗਿਕ ਇੱਕ ਯੋਗਿਕ ਉਹ ਪਦਾਰਥ ਹੈ ਜੋ ਕਿ ਦੋ ਜਾਂ ਦੋ ਤੋਂ ਵੱਧ ਤੱਤਾਂ ਦੇ ਨਿਸ਼ਚਿਤ ਅਨੁਪਾਤ ਵਿੱਚ ਰਸਾਇਣਿਕ ਸੰਯੋਜਨ ਭਾਵ ਜੁੜਨ ਤੋਂ ਬਣਦਾ ਹੈ ਜਿਵੇਂ ਆਣੀ ਨਮਕ ਪਾਣੀ ਵਿੱਚ ਦੋ ਤੱਤ ਹੁੰਦੇ ਹਨ ਹਾਈਡਰੋਜਨ ਤੇ ਆਕਸੀਜਨ ਤੇ ਨਮਕ ਵਿੱਚ ਵੀ ਦੋ ਤੱਤ ਹੁੰਦੇ ਹਨ ਇੱਕ ਸੋਡੀਅਮ ਤੇ ਦੂਸਰਾ ਕਲੋਰਾਇਡ